भारत के गुआंढ़ी देश म्यांमार विच सोमवार नूं तख्ता पलट हो गया। म्यांमार की सेना ने देश की सर्वोच्च नेता आंग सैन सू की अते राष्ट्रपति विन म्यंट सने कई सीनियर नेतावां नूं हिरासत विच लै लिया अते एक साल की एमरजेंसी की घोषणा करदिआं सेना ने देश विच सत्ता ते कब्जा कर लिया। म्यांमार के मिलिट्री टैलीविजन के अनुसार फौज ने एक साल लई देश नूं कंट्रोल कीता है अते सेना के कमांडर इन चीफ मिन आंग हलाइंग सत्ता संभालणगे। म्यांमार विच होए इस राजनीतिक भूचाल बारे उथों दी सेना दा कहना है कि चोन धोखाधड़ी दे जवाब विच तख्ता पलट दी कारवाई कीती गई है। तख्ता पलट दे नाल ही देश दे वख-वख हिस्सें विच सेना दे जवान तैनात कीते गए हन। म्यांमार दे मुख शहर यांगून विच सिटी हॉल दे बाहर सैनिक तैनात कीते गए हन तां जो कोई भी तख्ता पलटन दा विरोध ना कर सके। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਸੱਤਾਧਾਰੀ ਪਾਰਟੀ ਨੈਸ਼ਨਲ ਲੀਗ ਫਾਰ ਡੈਮੋਕ੍ਰੇਸੀ ਦੇ ਬੁਲਾਰੇ ਨਿਆਂਟ ਨੇ ਆਂਗ ਸੂ ਕੀ ਅਤੇ ਰਾਸ਼ਟਰਪਤੀ ਵਿਨ ਮਿਆਂਟ ਸਮੇਤ ਹੋਰ ਸੀਨੀਅਰ ਨੇਤਾਵਾਂ ਨੂੰ ਫੌਜ ਦੁਆਰਾ ਨਜ਼ਰਬੰਦ ਕੀਤੇ ਜਾਣ ਦੀ ਪੁਸ਼ਟੀ ਕੀਤੀ ਸੀ। ਤੁਹਾਨੂੰ ਇਹ ਵੀ ਦੱਸ ਦਈਏ ਕਿ ਮਿਆਂਮਾਰ 'ਚ ਲੰਬੇ ਸਮੇਂ ਤੋਂ ਫੌਜੀ ਸ਼ਾਸਨ ਰਿਹਾ। ਸਾਲ 1962 ਤੋਂ ਲੈ ਕੇ ਸਾਲ 2011 ਤੱਕ ਦੇਸ਼ ਵਿੱਚ ਫੌਜੀ ਤਾਨਾਸ਼ਾਹੀ ਰਹੀ ਹੈ। ਸਾਲ 2010 ਵਿੱਚ ਮਿਆਂਮਾਰ ਵਿੱਚ ਆਮ ਚੋਣਾਂ ਹੋਈਆਂ ਅਤੇ 2011 ਵਿੱਚ ਮਿਆਂਮਾਰ ਵਿੱਚ ਇੱਕ ਸਿਵਲ ਸਰਕਾਰ ਬਣਾਈ ਗਈ ਜਿਸ ਵਿੱਚ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਦੇਸ਼ ਦੀ ਕਮਾਨ ਸੌਂਪੀ ਗਈ। ਸਿਵਲ ਸਰਕਾਰ ਬਣਨ ਤੋਂ ਬਾਅਦ ਵੀ ਅਸਲ ਤਾਕਤ ਹਮੇਸ਼ਾ ਫੌਜ ਕੋਲ ਹੀ ਰਹੀ। ਇਹੀ ਕਾਰਨ ਹੈ ਕਿ ਅੱਜ ਦੀ ਇਹ ਘਟਨਾ ਰਾਜਨੀਤਿਕ ਸੰਕਟ ਦਾ ਅਸਲ ਰੂਪ ਹੈ। भारत ने म्यांमार विच राजनीतिक घटनावां ते चिंता जाहिर कीती है। भारतीय विदेश मंत्रालय ने कहा है कि म्यांमार विच होए घटनाक्रम तो बहुत चिंतित हां। भारत म्यांमार विच लोकतंत्र प्रक्रिया दा हमेशा ही हमायती रहा है। उन्होंने कहा कि साडा मानना है कि कानून अते देश विच लोकतंत्र प्रक्रिया कायम रहेगी। म्यांमार दी स्थिति ते नेड़ेओं नजर रखी जा रही है। ਇਹ ਨਹੀਂ ਭਾਰਤ ਤੋਂ ਇਲਾਵਾ ਅਮਰੀਕਾ ਅਤੇ ਆਸਟ੍ਰੇਲੀਆ ਸਮੇਤ ਕਈ ਦੇਸ਼ਾਂ ਨੇ ਇਸ ਤਖ਼ਤਾ ਪਲਟ ਤੇ ਚਿੰਤਾ ਜ਼ਾਹਿਰ ਕੀਤੀ ਹੈ। ਮਿਆਂਮਾਰ ਦੀ ਸੈਨਾ ਨੂੰ ਵੀ ਕਾਨੂੰਨ ਦਾ ਸਤਿਕਾਰ ਕਰਨ ਦੀ ਅਪੀਲ ਕੀਤੀ ਗਈ ਹੈ। ਉੱਥੇ ਹੀ ਵਾਈਟ ਹਾਊਸ ਦੇ ਬੁਲਾਰੇ ਜੇਨ ਸਾਕੀ ਨੇ ਕਿਹਾ ਹੈ ਕਿ ਮਿਆਂਮਾਰ ਦੀ ਸੈਨਾ ਨੇ ਦੇਸ਼ ਦੇ ਸਰਵੋੱਚ ਨੇਤਾ ਆਂਗ ਸੈਨ ਸੂ ਕੀ ਅਤੇ ਹੋਰ ਸੀਨੀਅਰ ਨਾਗਰਿਕਾਂ ਨੂੰ ਗ੍ਰਿਫਤਾਰ ਕਰਕੇ ਦੇਸ਼ ਦੀ ਜਮਹੂਰੀ ਪ੍ਰਕਿਰਿਆ ਨੂੰ ਖਤਮ ਕਰਨ ਲਈ ਇੱਕ ਕਦਮ ਚੁੱਕਿਆ ਹੈ। ਅਮਰੀਕਾ ਨੇ ਮਿਆਂਮਾਰ ਦੀ ਸੈਨਾ ਨੂੰ ਚੇਤਾਵਨੀ ਦਿੱਤੀ ਹੈ ਕਿ ਅਮਰੀਕਾ ਨੇ ਤਾਜ਼ਾ ਚੋਣਾਂ ਦੇ ਨਤੀਜੇ ਨੂੰ ਬਦਲਣ ਜਾਂ ਫਿਰ ਮਿਆਂਮਾਰ ਦੀ ਲੋਕਤੰਤਰੀ ਪ੍ਰਣਾਲੀ ਨੂੰ ਭੰਗ ਕਰਨ ਦੀ ਕਿਸੇ ਵੀ ਕੋਸ਼ਿਸ਼ ਦਾ ਵਿਰੋਧ ਕੀਤਾ ਹੈ। ਉਹਨਾਂ ਨੇ ਕਿਹਾ ਕਿ ਜੇਕਰ ਇਹ ਤਖ਼ਤਾ ਪਲਟਣਾ ਖਤਮ ਨਾ ਹੋਇਆ ਤਾਂ ਜ਼ਿੰਮੇਵਾਰ ਲੋਕਾਂ ਖਿਲਾਫ਼ ਕਾਰਵਾਈ ਕੀਤੀ ਜਾਏਗੀ। ਇਸ ਤੋਂ ਇਲਾਵਾ ਸੂ ਕੀ ਦੀ ਰਿਹਾਈ ਦੀ ਮੰਗ ਕਰਦਿਆਂ ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਮਾਰਜਨੀ ਪੇਨੇ ਨੇ ਕਿਹਾ ਹੈ ਕਿ ਅਸੀਂ ਨਵੰਬਰ 2020 ਦੀਆਂ ਆਮ ਚੋਣਾਂ ਦੇ ਨਤੀਜੇ ਅਨੁਸਾਰ ਕੌਮੀ ਅਸੈਂਬਲੀ ਦੇ ਸ਼ਾਂਤਮਈ ਪੁਨਰਗਠਨ ਦਾ ਪੁਰਜ਼ੋਰ ਸਮਰਥਨ ਕਰਦੇ ਹਾਂ। ਇਸ ਤੋਂ ਇਲਾਵਾ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਸ ਨੇ ਮਿਆਂਮਾਰ ਵਿੱਚ ਹੋਏ ਤਖ਼ਤਾ ਪਲਟ ਅਤੇ ਨੇਤਾਵਾਂ ਦੀ ਫੌਜੀ ਨਜ਼ਰਬੰਦੀ ਲਈ ਨਿੰਦਾ ਕੀਤੀ ਹੈ। ਹੋਰ ਤਾਜ਼ਾ ਤਰੀਨ ਅਪਡੇਟਸ ਲਈ ਦੇਖਦੇ ਰਹੋ D5 ਚੈਨਲ ਪੰਜਾਬੀ। D5 चैनल पंजाबी पूरे सब्सक्राइब करो, बेल आइकन पे क्लिक करो।